ਤਰੀਕ ਤੋਂ ਵਾਢੀ ਸਾਰੀ ਸ਼ੁਰੂ ਹੋ ਰਹੀ ਹੈ ਔਰ ਸਾਰਾ ਪ੍ਰਬੰਧ ਕੀਤਾ ਗਿਆ। ਮੰਡੀਆਂ ਹੁਣ 3,800 ਦੇ ਕਰੀਬ ਮੰਡੀਆਂ ਨੇ। ਸਾਰਾ ਪ੍ਰਬੰਧ ਸਾਡੇ ਅਫਸਰਾਂ ਦਾ, ਸਾਡੇ ਮੁਲਾਜ਼ਮਾਂ ਦਾ ਸਾਰਾ ਹੋ ਚੁੱਕਿਆ ਔਰ ਤੁਹਾਡੀ 15 ਤਰੀਕ ਤੋਂ ਫਸਲ ਆਉਣ ਲੱਗੇਗੀ ਮੰਡੀਆਂ ਦੇ ਵਿੱਚ। ਅਸੀਂ ਪੂਰੀ ਤਿਆਰੀ ਰੱਖੀ ਹੈ, ਇੱਕ ਦਾਣਾ ਅਸੀਂ ਕਣਕ ਦਾ ਰਹਿਣ ਨਹੀਂ ਦੇਣਾ। ਇਹ ਜਿਹੜਾ ਕਰੋਨਾ ਵਾਇਰਸ ਹੈ ਇਹਦੇ ਕਰਕੇ ਸਾਨੂੰ ਥੋੜ੍ਹੀ ਬਹੁਤ ਤਬਦੀਲੀ ਆਪਣੀ ਪੋਲਿਸੀ ਦੇ ਵਿੱਚ ਲਿਆਉਣੀ ਪਈ ਔਰ ਉਹ ਹੈ ਕਿ ਲੋਕ ਤਾਂ ਪਹਿਲਾਂ ਵੱਢ ਕੇ ਆਪਣੀ ਟਰਾਲੀਆਂ ਭਰ ਕੇ ਮੰਡੀਆਂ 'ਚ ਪਹੁੰਚ ਜਾਂਦੇ ਸੀ। ਹੁਣ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਪਾਸ ਦੇਵਾਂਗੇ, ਜਿਸ ਦਿਨ ਔਰ ਜਿਹੜੇ ਟਾਈਮ 'ਤੇ ਤੁਹਾਡਾ ਪਾਸ ਹੈ ਆਪਣੀ ਕਣਕ ਉੱਥੇ ਲੈ ਕੇ ਤੁਸੀਂ ਮੰਡੀ ਪਹੁੰਚਾ ਦਿਓ। ਇਹਦਾ ਕਾਰਨ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਕੱਠ ਹੋਵੇ ਮੰਡੀ 'ਚ, ਜਿਉਂ ਇਕੱਠ ਹੁੰਦਾ ਉਹਦੇ ਨਾਲ ਇਹ ਬਿਮਾਰੀ ਵੱਧਦੀ ਹੈ। ਤੋ ਉਸ ਨੂੰ ਰੋਕਣ ਵਾਸਤੇ ਔਰ ਸਾਡੇ ਪਿੰਡਾਂ ਨੂੰ ਸੁਖੀ ਰੱਖਣ ਵਾਸਤੇ ਔਰ ਇਸ ਬਿਮਾਰੀ ਤੋਂ ਦੂਰ ਰੱਖਣ ਵਾਸਤੇ ਸਾਨੂੰ ਇੱਕ ਦੋ ਅਜਿਹੇ ਕਦਮ ਸਾਨੂੰ ਚੱਕਣੇ ਪਏ ਔਰ ਮੈਂ ਆਸ ਕਰਦਾ ਹਾਂ ਕਿ 31 ਤਰੀਕ ਤੱਕ, 31 ਮਈ ਤੱਕ ਅਸੀਂ ਇਸ ਕਣਕ ਨੂੰ ਪੂਰੀ ਨੂੰ ਚੱਕ ਲਾਂਗੇ। ਹੁਣ ਇਹ ਬਿਮਾਰੀ ਦੇ ਤਰੀਕਾ ਇੱਕੋ ਹੀ ਹੈ ਜਿਹਦੇ ਨਾਲ ਅਸੀਂ ਇਹਨੂੰ ਰੋਕ ਸਕਦੇ ਹਾਂ। ਇੱਕ ਤਾਂ ਨੇੜੇ ਨਾ ਇੱਕ ਦੂਜੇ ਦੇ ਆਉਣ, ਆਪਣਾ ਜਿੰਨਾ ਸੋਸ਼ਲ ਡਿਸਟੈਂਸਿੰਗ ਕਹਿੰਦੇ ਨੇ 2 ਗਜ਼ ਦੂਰ ਆਪਣੇ ਇੱਕ ਦੂਜੇ ਤੋਂ ਰਹੋ, ਹੱਥ ਧੋ ਆਪਣੇ, ਉਹ ਸਾਰਾ ਪ੍ਰਬੰਧ ਉੱਥੇ ਕੀਤਾ ਹੋਇਆ। ਚਾਹੇ ਤੁਸੀਂ ਆੜ੍ਹਤੀ ਹੋ, ਚਾਹੇ ਤੁਸੀਂ ਕਿਸਾਨ ਹੋ, ਚਾਹੇ ਤੁਸੀਂ ਕੋਈ ਲੇਬਰ ਵਾਲੇ ਹੋ, ਪਾਣੀ ਕੀਤਾ ਹੋਇਆ, ਸਾਬਣ ਕੀਤਾ ਹੋਇਆ ਉੱਥੇ ਪ੍ਰਬੰਧ, ਸਾਰੇ ਆਪਣੇ ਹੱਥ ਧੋ ਔਰ ਜਿਸ ਤਰੀਕੇ ਨਾਲ ਦੱਸਣਗੇ ਉੱਥੇ ਜਿਹੜੇ ਸਾਡੇ ਮੁਲਾਜ਼ਮ ਹੋਣਗੇ, ਉਸੇ ਲਾਈਨ 'ਚ ਲੱਗ ਕੇ ਪਲੀਜ਼ ਆਪਣਾ ਇਹ ਕੰਮ ਕਰੋ। ਇਹ ਆਪਣੇ ਪੰਜਾਬ ਦੀ ਸੁਰੱਖਿਆ ਵਾਸਤੇ ਜ਼ਰੂਰ।